ਇਹਦਾ ਕਾਰਨ ਇਹ ਹੈ ਜੀ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਸੱਦਾ ਦਿੱਤਾ ਹੋਇਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨਰੇਗਾ ਕਾਮਿਆਂ ਦੀਆਂ ਕੁਝ ਸਮੱਸਿਆਵਾਂ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਰਾਹੀਂ SDM ਰਾਹੀਂ ਮੰਗ ਪੱਤਰ ਭੇਜੇ ਜਾ ਰਹੇ ਨੇ। ਅਸੀਂ ਨਾਭੇ ਦੇ SDM ਰਾਹੀਂ ਇੱਕ ਮੰਗ ਪੱਤਰ ਦੇਣ ਵਾਸਤੇ ਅੱਜ ਦਾ ਇਹ ਧਰਨਾ ਦਿੱਤਾ। ਉਹ ਮੰਗ ਪੱਤਰ 'ਚ ਸਾਡਾ ਇਹੀ ਹੈ, ਸਭ ਤੋਂ ਮੁੱਖ ਮੰਗ ਜਿਹੜੀ ਹੈ, ਨਰੇਗਾ ਕਾਮਿਆਂ ਦੀ ਦਿਹਾੜੀ ਜਿਹੜੀ ਹੈ ਉਹ 398 ਰੁਪਈਏ ਆ। 398 ਰੁਪਈਏ ਦਿਹਾੜੀ ਉਸ ਕਾਮੇ ਨੂੰ ਮਿਲਦੀ ਹੈ ਜਿਹਨੂੰ ਰੋਟੀ ਨਹੀਂ ਮਿਲਦੀ। ਮਤਲਬ ਜਿਹੜਾ ਰੋਟੀ ਆਪਦੇ ਕੋਲੋਂ ਲੈ ਕੇ ਜਾਂਦਾ ਉਹਦੀ ਦਿਹਾੜੀ 398 ਆ, ਜਿਹੜੀ 303 ਰੁਪਈਏ ਦਿਹਾੜੀ ਹੈ ਉਹ ਬਗੈਰ ਰੋਟੀ ਤੋਂ ਕਾਮੇ ਨੂੰ ਮਤਲਬ ਸਮਝ ਕੇ ਦਿੱਤੀ ਜਾ ਰਹੀ ਹੈ। ਵੈਸੇ ਬਗੈਰ ਰੋਟੀ ਵਾਲੇ ਕਾਮੇ ਦੀ ਦਿਹਾੜੀ ਵੀ 353 ਰੁਪਈਏ ਹੈ। ਇਸ ਕਰਕੇ ਨਰੇਗਾ ਕਾਮਿਆਂ ਨਾਲ ਇਹ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਹੈ। ਨਰੇਗਾ ਕਾਮੇ ਦੇਸ਼ ਦੇ ਜਿਹੜੇ ਸਾਰੇ ਉਹ ਇਸ ਧੱਕੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਦੂਜੀ ਮੰਗ ਸਾਡੀ ਇਹ ਆ ਕਿ ਦੇਸ਼ ਦੇ ਵਿੱਚ ਕੀ ਦੁਨੀਆ ਦੇ ਵਿੱਚ ਮਸ਼ੀਨੀਕਰਨ ਤੇਜ਼ੀ ਨਾਲ ਵੱਧ ਰਿਹਾ ਹੈ, ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਮੁਲਕ ਦੇ ਵਿੱਚ ਖੇਤੀਬਾੜੀ ਸੈਕਟਰ ਦੇ ਵਿੱਚ ਮਸ਼ੀਨ ਆ ਗਈ, ਜਿਹੜੀ ਤੇਜ਼ ਤੋਂ ਤੇਜ਼ ਮਸ਼ੀਨ ਹੈ। ਉਸ ਮਸ਼ੀਨ ਦੇ ਆਉਣ ਨਾਲ ਪਿੰਡਾਂ ਦੇ ਵਿੱਚ ਕੰਮ ਘਟ ਗਿਆ, ਬਿਲਕੁਲ ਕੋਈ ਕੰਮ ਨਹੀਂ ਰਿਹਾ। ਇਸ ਕਰਕੇ ਨਰੇਗਾ ਕਾਮਿਆਂ ਦੇ ਲਈ ਕੰਮ ਦੇ ਦਿਨ ਜਿਹੜੇ ਨੇ ਉਹ 200 ਦਿਨ ਕਰਕੇ ਇਹਨਾਂ ਨੂੰ ਜੀਵਿਤ ਰੱਖਿਆ ਜਾ ਸਕਦਾ। 100 ਦਿਨ ਕੰਮ ਦੇ ਨਾਲ ਇਹਨਾਂ ਦਾ ਜਿਹੜਾ ਗੁਜ਼ਾਰਾ ਉਹ ਨਹੀਂ ਹੋ ਸਕਦਾ। ਦੂਜੀ ਗੱਲ ਇਹ ਕਿ ਨਰੇਗਾ ਕਾਮਿਆਂ ਦੀਆਂ ਜਿਹੜੀਆਂ ਕੰਮ ਦੀਆਂ ਦਿਹਾੜੀਆਂ ਨੇ ਉਹ ਮਹੀਨਾ ਮਹੀਨਾ 2-2 ਮਹੀਨੇ ਜਿਹੜੇ ਨੇ ਟਪਾ ਦਿੱਤੇ ਜਾਂਦੇ ਨੇ। ਤੇ ਸਾਡੀ ਮੰਗ ਹੈ ਕਿ ਜਿਨ੍ਹਾਂ ਦੀਆਂ ਉਜਰਤਾਂ ਰੁਕੀਆਂ ਹੋਈਆਂ ਨੇ ਉਹ ਸਮੇਤ ਵਿਆਜ ਉਹਨਾਂ ਨੂੰ ਉਜਰਤਾਂ ਜਿਹੜੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ, ਕਿਉਂਕਿ ਨਰੇਗਾ ਐਕਟ ਦੇ ਵਿੱਚ ਹੈ ਕਿ ਜੇ ਕਿਸੇ ਕਾਮੇ ਦੀ ਉਜਰਤ ਲੇਟ ਕਰਦੇ ਨੇ ਤਾਂ ਉਸ ਨੂੰ ਵਿਆਜ ਸਮੇਤ ਉਹਦੇ ਪੈਸੇ ਜਿਹੜੇ ਨੇ ਉਹ ਮਿਲਣੇ ਚਾਹੀਦੇ ਨੇ। ਇੱਕ ਗੱਲ ਆ ਜਿਹੜੀ ਉਹ ਇਹ ਆ ਕਿ ਨਰੇਗਾ ਕਾਮਿਆਂ ਨੂੰ ਕੰਮ ਜਿਹੜਾ ਕਰਾਇਆ ਜਾਂਦਾ ਉਹ ਕੰਮ ਐਕਟ ਦੇ ਮੁਤਾਬਕ ਸੁੱਕੀ ਥਾਂ 'ਤੇ ਕਰਾਉਣਾ ਬਣਦਾ, ਪਰ ਆਪਣੇ ਮੁਲਕ ਦੇ ਵਿੱਚ ਉਹਨਾਂ ਨੂੰ ਮਜਬੂਰੀ ਵਰਸ਼ ਡੂੰਘੇ ਛੱਪੜਾਂ 'ਚ ਗੰਦੇ ਪਾਣੀਆਂ 'ਚ ਵਾੜ ਦਿੱਤਾ ਜਾਂਦਾ ਅਤੇ ਉਹਨਾਂ 'ਚ ਵਾੜ ਕੇ ਮਜਬੂਰੀ ਕੰਮ ਕਰਾਇਆ ਜਾਂਦਾ। ਮੈਂ ਤੁਹਾਡੇ ਸਾਹਮਣੇ ਇੱਕ ਉਦਾਹਰਣ ਦੇ ਸਕਦਾ, ਨਾਭੇ ਦੇ ਵਿੱਚ ਜਦੋਂ ਹੜ੍ਹ ਆਏ ਨੇ ਘਣੀਵਾਲ ਪਿੰਡ ਦੇ ਮਜ਼ਦੂਰਾਂ ਨੂੰ ਜ਼ਬਰਦਸਤੀ ਇਹ ਕਹਿ ਕੇ ਸੱਦਿਆ ਜਾ ਰਿਹਾ ਕਿ ਤੁਸੀਂ ਆਹ ਬੰਨ ਟੁੱਟ ਗਿਆ, ਇਹ ਬੰਨ ਲਾਉਣ ਵਾਸਤੇ ਆਓ, ਅਤੇ ਬੰਨ ਲਾਉਣ ਵਾਸਤੇ ਮਤਲਬ ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾਇਆ ਜਾ ਰਿਹਾ ਕਿ ਤੁਸੀਂ ਇੱਥੇ ਆਓ ਅਤੇ ਬੰਨ ਬੰਦ ਕਰਾਓ, ਜਦੋਂ ਕਿ ਨਰੇਗਾ ਕਾਮੇ ਦਾ ਇਹ ਆਪਣੀ ਇੱਛਾ ਹੈ ਵੀ ਉਹਨੇ ਕੰਮ ਕਰਨਾ ਕਿ ਨਹੀਂ ਕਰਨਾ। ਮਤਲਬ ਸਾਡਾ ਜਿਹੜਾ ਉੱਥੋਂ ਦਾ ਮੇਟ ਮੁੰਡਾ ਉਹਨੂੰ ਜ਼ਬਰਦਸਤੀ ਧਮਕੀਆਂ ਦਿੱਤੀਆਂ ਗਈਆਂ ਕਿ ਤੈਨੂੰ ਮੇਟ ਤੋਂ ਉਠਾ ਦਾਂਗੇ, ਤੁਹਾਡੇ ਪਿੰਡ ਕੰਮ ਨਹੀਂ ਚਲਾਉਣਾ, ਤੂੰ ਸਾਡੇ ਆਖੇ ਬੰਦੇ ਨਹੀਂ ਲੈ ਕੇ ਆਇਆ, ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਅਤੇ ਨਾਭਾ ਪ੍ਰਸ਼ਾਸਨ ਤੋਂ ਇਹ ਮੰਗ ਵੀ ਕਰਦੇ ਹਾਂ ਕਿ ਉਸ GRS ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਜਿਹੜਾ ਕਾਮਿਆਂ ਨੂੰ ਇਸ ਤਰ੍ਹਾਂ ਮਜਬੂਰ ਕਰਦਾ। ਹਾਂਜੀ ਹੁਣ ਬੋਲੋ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਦਰਸ਼ਨ ਕੌਰ, ਪਿੰਡ ਬਨੇਰਾ ਖੁਰਦ ਹੈ ਜੀ। ਮੈਂ ਜੀ ਮੇਟ ਹੈ ਅਤੇ ਸਾਨੂੰ ਦਿਹਾੜੀ ਜਿਹੜੀ 303 ਰੁਪਏ ਦਿੰਦੇ ਆ ਅਤੇ 398 ਰੁਪਏ ਦਿਹਾੜੀ ਮਿਲਣੀ ਚਾਹੀਦੀ ਆ ਅਤੇ ਪ੍ਰੋਪਰ ਪੂਰੇ ਟਾਈਮ 'ਤੇ ਸਾਨੂੰ ਕੰਮ ਦੇਣਾ ਚਾਹੀਦਾ ਜੀ।
ਤੇ ਜੋ ਢਿੱਲਾ ਮੱਠਾ ਹੋ ਜਾਵੇ ਸਾਨੂੰ ਮੈਡੀਕਲ ਕਿੱਟ ਚਾਹੀਦੀ ਹੈ ਜੀ, ਤੇ ਸਮੇਂ ਸਿਰ ਸਾਨੂੰ ਕੰਮ ਦੀ ਮੰਗ ਪੂਰੀ ਕਰਨੀ ਚਾਹੀਦੀ ਹੈ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ। ਕੰਮ ਇਹ ਹੈ ਜੀ, ਜਦੋਂ ਕਹਿ ਦਿੰਦੇ ਨੇ ਵੀ ਕੰਮ ਦੇ ਦਿਓ, ਸਾਨੂੰ ਕਹਿ ਦਿੰਦੇ ਨੇ ਵੀ ਹਜੇ ਟਾਈਮ ਤੁਹਾਡੇ ਅਜੇ ਮਤੇ ਨਹੀਂ ਪਏ ਹੈਗੇ ਪੂਰੇ, ਤੇ ਸਾਨੂੰ ਟਾਈਮ ਲੱਗੂਗਾ, ਤੁਹਾਡਾ ਕੰਮ ਬਹੁਤ ਹੋ ਗਿਆ ਜੀ ਤੁਹਾਡੇ ਪਿੰਡ 'ਚ, ਜਦਕਿ ਹਜੇ ਕੰਮ ਸਾਡੇ ਪਏ ਨੇ ਜਿਹੜੇ ਮਤੇ ਪਏ ਹੋਏ ਨੇ ਤੇ ਕੰਮ ਪਿਆ ਸਾਡਾ ਕਰਨ ਵਾਲਾ। ਅਸੀਂ ਕਹਿ ਰਹੇ ਨੇ ਸਰ ਸਾਨੂੰ ਪਤਾ ਕਿੱਥੇ ਕਿੱਥੇ ਪੈਸੇ ਪਏ ਨੇ, ਸਾਡਾ ਕੰਮ ਦਵੋ। ਨਹੀਂ ਜੀ ਤੁਹਾਨੂੰ ਨਹੀਂ ਪਤਾ, ਸਾਨੂੰ ਜ਼ਿਆਦਾ ਪਤਾ ਵੀ ਇਹ ਗੱਲਾਂ ਉਹ ਜ਼ਿਆਦਾ ਉਹ ਕਰਦੇ ਨੇ, ਸਾਨੂੰ ਗੇੜੇ ਮਰਵਾਉਂਦੇ ਨੇ, ਸਾਡਾ ਕੰਮ ਨਹੀਂ ਪ੍ਰੋਪਰ ਕੱਢ ਕੇ ਦਿੰਦੇ ਹੈਗੇ ਸਾਨੂੰ, ਸਾਨੂੰ ਸਮੇਂ ਸਿਰ ਕੰਮ ਦੇਣਾ ਚਾਹੀਦਾ ਜੀ। ਪੈਸੇ ਜੀ ਬਹੁਤ ਜ਼ਿਆਦਾ ਲੇਟ ਪੈ ਰਹੇ ਨੇ ਬੀਬੀਆਂ ਦੇ ਖਾਤਿਆਂ 'ਚ, ਖਾਤੇ ਬਦਲਾ ਦਿੰਦੇ ਨੇ ਜੀ, ਖਾਤੇ ਚੇਂਜ ਕਰੋ, ਫਿਰ ਉਹਦੇ ਕਰਕੇ ਜੀ ਬਹੁਤ ਜ਼ਿਆਦਾ ਬੀਬੀਆਂ ਨੂੰ ਪਰੇਸ਼ਾਨੀਆਂ ਹੋ ਰਹੀਆਂ ਨੇ। ਅਰਜ਼ੀ ਦੇਣ ਲਈ ਵੀ ਉਹਨਾਂ ਨੇ ਮੈਨੂੰ ਮਨਾ ਕਰਤਾ ਸੀ ਵੀ ਅਰਜ਼ੀ ਨਾ ਦਿਓ ਜੀ। ਜੀ ਜੋਬ ਕਾਰਡ ਤੇ ਹਾਜ਼ਰੀ ਨਹੀਂ ਲੱਗਦੀ ਤੇ ਨਾ ਹੀ ਸਾਡੇ ਕੋਈ ਪੂਰੇ ਦਿਨਾਂ ਦਾ ਕੰਮ ਮਿਲਦਾ, ਸਾਨੂੰ 6 ਦਿਨਾਂ ਦਾ ਕੰਮ ਦਿੰਦੇ ਨੇ ਹਫ਼ਤੇ ਦੇ ਵਿੱਚ, ਫਿਰ 2-3 ਮਹੀਨੇ ਅਸੀਂ ਘਰੇ ਬੈਠੇ ਰਹਿੰਦੇ ਹਾਂ, ਸਾਨੂੰ ਕੋਈ ਕੰਮ ਨਹੀਂ ਦਿੰਦੇ ਹੈਗੇ, ਨਾ ਸਾਡੇ ਟਾਈਮ ਸਿਰ ਪੈਸੇ ਪੈਂਦੇ ਨੇ ਜੀ। ਸਾਡੇ ਤਾਂ ਜੀ ਇਹੀ ਸਮੱਸਿਆ ਨੇ ਬਸ। ਕੀ ਮੰਗ ਕਰਦੇ ਜੀ? ਅਸੀਂ ਚਾਹੁੰਦੇ ਹਾਂ ਜੀ ਸਾਡਾ ਪੂਰੀ ਮੁਕੰਮਲ ਤੌਰ ਤੇ ਸਾਨੂੰ ਕੰਮ ਮਿਲਣਾ ਚਾਹੀਦਾ ਤੇ ਸਾਡੇ ਪੂਰੇ ਦਿਨ ਲੱਗਣੇ ਚਾਹੀਦੇ ਨੇ। ਪਿਛਲੇ ਸਾਲ ਦੇ ਵਿੱਚ ਵੀ ਸਾਡੇ 18 ਦਿਨ ਲੱਗੇ ਨੇ ਕੁੱਲ, ਬਾਕੀ ਨਹੀਂ ਸਾਨੂੰ ਭੱਤਾ ਦੇਣਾ ਚਾਹੀਦਾ।